ਜਲੰਧਰ ਰੈਫਰੀਜਰੇਸ਼ਨ ਐਂਡ ਏਸੀ ਇੰਜੀਨੀਅਰਸ ਐਸੋਸੀਏਸ਼ਨ ਵੱਲੋਂ ਜਲੰਧਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਪ੍ਰਧਾਨ ਰਾਜੀਵ ਮਹਿੰਦਰੂ ਦੀ ਅਧਿਅਕਸ਼ਤਾ ਦੇ ਵਿੱਚ ਆਪਣੇ ਮੈਂਬਰਾਂ ਦੇ ਲਈ ਡਾਇਕਨ ਇੰਡੀਆ ਦੇ ਨਾਲ ਮਿਲ ਕੇ ਇਨਵਰਟਰ ਟੈਕਨੋਲੋਜੀ ਤੇ ਇੱਕ ਪ੍ਰੀਖਿਅਨ ਦਾ ਆਯੋਜਨ ਕੀਤਾ ਗਿਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਸਰਵਿਸ ਟੈਕਨੀਕਲ ਨੂੰ ਅਪਗ੍ਰੇਡ ਕਰਨ ਦੇ ਵਿੱਚ ਮਦਦ ਕਰੇਗਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਚੇਤਨ ਸੈੱਲ ਦੇ ਰਣਜੀਤ ਸੈਣੀ ਦੇ ਸਹਿਯੋਗ ਦੇ ਨਾਲ ਕੰਪਨੀ ਦੇ ਵੱਲੋਂ ਹਿਤੇਸ਼ ਸ਼ਰਮਾ ਤੇ ਅਮਨ ਪੰਚਕਰਨ ਵੱਲੋਂ ਇੰਜੀਨੀਅਰਿੰਗ ਨੂੰ ਅਪਗ੍ਰੇਡ ਕੀਤਾ ਗਿਆ। ਇਸ ਮੌਕੇ ਤੇ ਨਵੀਨ ਸੈਣੀ, ਨਵਦੀਪ ਜੋਸ਼ੀ, ਗੁਰਪ੍ਰਤਾਪ ਸਿੰਘ, ਅਮਿਤ ਸ਼ਰਮਾ, ਸਰਦਾਰ ਅਰਵਿੰਦਰ ਸਿੰਘ, ਲਵਲੀ ਜੀ, ਕੁਲਵੰਤ ਰਾਏ, ਸੰਜੀਵ, ਜਤਿੰਦਰ, ਸਾਹਿਲ, ਦੀਪਕ ਤੇ ਹੋਰ ਬਹੁਤ ਸਾਰੇ ਇੰਜੀਨੀਅਰਾਂ ਵੱਲੋਂ ਆਪਣਾ ਗਿਆਨ ਵਧਾਇਆ ਗਿਆ। ਬਿਊਰੋ ਰਿਪੋਰਟ, ਜਨਸੰਗਠਨ।